ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਦੀਪ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਹੀ ਕਿਤਾਬਾਂ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਰਾਮ ਸਰੂਪ ਅਣਖੀ ਦੁਆਰਾ ਲਿਖਿਆ ਹੋਇਆ ਨਾਵਲ ਕਣਕਾਂ ਦਾ ਕਤਲਾਮ ਦਾ ਭਾਗ ਤੀਜਾ, ਅਧਿਆਇ ਪੰਜ। ਪੰਜਾਬ ਵਿਧਾਨ ਸਭਾ ਦੀ ਚੋਣ ਨੇੜੇ ਸੀ। ਚਾਹੇ ਵੋਟਾਂ ਪੈਣ ਵਿੱਚ ਇੱਕ ਸਾਲ ਬਾਕੀ ਸੀ, ਪਰ ਜੋੜ ਤੋੜ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ। ਪੰਜਾਬ ਦਾ ਸਰਬਪੱਖੀ ਵਿਕਾਸ ਰੁਕ ਚੁੱਕਿਆ ਸੀ, ਐਲਾਨ ਹੀ ਕੀਤੇ ਜਾ ਰਹੇ ਸਨ। ਸੱਤਾਧਾਰੀ ਪਾਰਟੀ ਵੱਧ ਤੋਂ ਵੱਧ ਦੇ ਰਹੀ ਸੀ, ਜਿੰਨਾ ਦੇ ਰਹੀ ਸੀ ਉਸ ਤੋਂ ਕਿੰਨਾ ਹੀ ਵੱਧ ਦੇਣ ਦਾ ਐਲਾਨ ਕਰ ਰਹੀ ਸੀ। ਵੱਡੀਆਂ ਵੱਡੀਆਂ ਕੰਪਨੀਆਂ ਤੋਂ ਫੰਡ ਇਕੱਠੇ ਕੀਤੇ ਜਾ ਰਹੇ ਸਨ। ਇੱਕ ਵਾਰ ਵੇਲੇ ਦਾ ਮੁੱਖ ਮੰਤਰੀ ਅਕਾਲਗੜ੍ਹ ਆਇਆ ਤਾਂ ਮੁਲਕ ਰਾਜ ਉਹਨੂੰ ਆਪਣੀ ਫੈਕਟਰੀ ਦਿਖਾਉਣ ਵੀ ਲੈ ਗਿਆ। ਪ੍ਰਵੀਨ ਇੰਡਸਟਰੀਜ਼ ਦਾ ਕੰਮ ਮੁੱਖ ਮੰਤਰੀ ਨੂੰ ਪਸੰਦ ਆਇਆ ਸੀ। ਮੁਲਕ ਰਾਜ ਉਹਨੂੰ ਇਸ ਕਰਕੇ ਵੀ ਪਸੰਦ ਸੀ ਕਿ ਉਹਨੇ ਕਈ ਲੱਖ ਰੁਪਈਆ ਪਾਰਟੀ ਫੰਡ ਦਿੱਤਾ ਸੀ। ਮੁਲਕ ਰਾਜ ਨੇ ਇਹ ਵੀ ਵਧਾ ਚੜ੍ਹਾ ਕੇ ਦੱਸਿਆ ਸੀ ਕਿ ਪ੍ਰਵੀਨ ਇੰਡਸਟਰੀਜ਼ ਵਧੀਆ ਕਿਸਮ ਦਾ ਕਾਗਜ਼ ਤਿਆਰ ਕਰਕੇ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਮੁਹੱਈਆ ਕਰਵਾ ਰਹੀ ਹੈ। ਮੁਲਕ ਰਾਜ ਨੇ ਮੰਤਰੀ ਨੂੰ ਇਹ ਵੀ ਸਬੂਤ ਪੇਸ਼ ਕੀਤੇ ਸਨ ਕਿ ਉਹਨਾਂ ਦੇ ਪੇਪਰ ਮਿਲ ਦੇ ਮਹਾਰ ਵਿਅਕਤੀ ਨੂੰ ਭਾਰਤ ਦੇਸ਼ ਹੀ ਨਹੀਂ ਬਾਹਰਲੇ ਕਈ ਮੁਲਕਾਂ ਦੇ ਅਵਾਰਡ ਵੀ ਮਿਲ ਚੁੱਕੇ ਸਨ। ਇਹ ਵਿਅਕਤੀ ਕਾਗਜ਼ ਦੀ ਪਲਪ ਦਾ ਮਹਾਰ ਟੈਕਟੀਸ਼ੀਅਨ ਹੈ। ਉਸਨੂੰ ਉਹ 1.5 ਲੱਖ ਰੁਪਇਆ ਤਨਖਾਹ ਦਿੰਦੇ ਹਨ। ਕਾਰ ਦਿੱਤੀ ਹੋਈ ਹੈ ਅਤੇ ਰਹਿਣ ਲਈ ਸ਼ਾਨਦਾਰ ਕੋਠੀ ਵੀ, ਜੋ ਅਕਾਲਗੜ੍ਹ ਸ਼ਹਿਰ ਦੀ ਪੋਸ਼ ਕਲੋਨੀ ਵਿੱਚ ਹੈ। ਅਤੇ ਫਿਰ ਮੁਲਕ ਰਾਜ ਆਪਣੇ ਅਸਲੀ ਮੁੱਦੇ ਉੱਤੇ ਆਇਆ। ਉਹਨੇ ਮੁੱਖ ਮੰਤਰੀ ਨੂੰ ਦੱਸਿਆ ਸੀ ਕਿ ਉਹ ਪੇਪਰ ਮਿੱਲ ਦਾ ਦੂਜਾ ਯੂਨਿਟ ਲਾਉਣਾ ਚਾਹੁੰਦਾ ਹੈ। ਪਹਿਲਾ ਯੂਨਿਟ ਸਿਰਫ 110 ਟਨ ਕਾਗਜ਼ ਤਿਆਰ ਕਰਦਾ ਹੈ, ਜਦੋਂ ਕਿ ਦੂਜਾ ਯੂਨਿਟ 280 ਲੱਖ ਟਨ ਦੀ ਤਾਕਤ ਦਾ ਹੋਵੇਗਾ। ਇਹ ਵੀ ਸਕੀਮ ਹੈ ਕਿ ਇੱਕ ਵੱਡੀ ਸ਼ੂਗਰ ਮਿੱਲ ਲਾਈ ਜਾਵੇ। ਇਹ ਸ਼ੂਗਰ ਮਿੱਲ ਲੱਗਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਉਹਨਾਂ ਦਾ ਸਾਰਾ ਗੰਨਾ ਇੱਥੇ ਹੀ ਖੱਪ ਜਾਇਆ ਕਰੇਗਾ। ਮੁਲਕ ਰਾਜ ਦੱਸ ਰਿਹਾ ਸੀ ਜਿਵੇਂ ਉਹ ਖੇਤੀ ਮਾਰ ਵੀ ਹੋਵੇ। ਆਖ ਰਿਹਾ ਸੀ ਕਿ ਗੰਨਾ ਬੀਜਣ ਨਾਲ ਕਿਸਾਨ ਆਪਣੀ ਕਣਕ, ਝੋਨੇ ਦੀ ਖੇਤੀ ਨੂੰ ਵੀ ਠੱਲ ਪਾ ਸਕਣਗੇ। ਉਹਨਾਂ ਦਾ ਫਸਲ ਚੱਕਰ ਕਾਮਯਾਬ ਰਹੇਗਾ। ਇੱਥੇ ਉਹ ਇੱਕ ਡਿਸਟਿਲਰੀ ਵੀ ਲਾਉਣਾ ਚਾਹੁੰਦਾ ਹੈ। ਇਹ ਡਿਸਟਿਲਰੀ ਵਧੀਆ ਅਤੇ ਸਸਤੀ ਕਿਸਮ ਦੀ ਦੇਸੀ ਸ਼ਰਾਬ ਤਿਆਰ ਕਰੇਗੀ। ਇਸ ਇਲਾਕੇ ਦੇ ਲੋਕ ਘਰ ਦੀ ਕੱਢੀ ਸ਼ਰਾਬ ਦਾ ਧੰਦਾ ਛੱਡ ਦੇਣਗੇ ਅਤੇ ਫਿਰ ਇਹ ਸ਼ਰਾਬ ਸਿਹਤ ਲਈ ਹਾਨੀਕਾਰਕ ਵੀ ਨਹੀਂ ਹੋਵੇਗੀ। ਇਹ ਸ਼ਰਾਬ ਨਹੀਂ, ਇੱਕ ਟੌਨਿਕ ਹੋਵੇਗੀ, ਜਿਵੇਂ ਕਿਸੇ ਜ਼ਮਾਨੇ ਵਿੱਚ ਨਾਭੇ ਦੀ 5 ਮਿਲ ਸ਼ਰਾਬ ਹੁੰਦੀ ਸੀ। ਟਾਈਫਾਈਡ ਦੇ ਮਰੀਜ਼ 5 ਮਿਲਕ ਪੀਂਦੇ ਹੁੰਦੇ। ਮੁਲਕ ਰਾਜ ਆਖ ਰਿਹਾ ਸੀ ਕਿ ਉਹਨੇ ਸਕਾਟਲੈਂਡ ਤੋਂ ਨੁਸਖਾ ਮੰਗਵਾ ਲਿਆ ਹੈ। ਉਹ ਇੱਥੇ ਇਸ ਡਿਸਟਿਲਰੀ ਵਿੱਚ ਬਲੈਕ ਲੇਬਲ ਯਾਨੀ ਵਾਕਰ ਜਿਹੀ ਬਿਸਕੀ ਵੀ ਬਣਾਇਆ ਕਰੇਗਾ ਅਤੇ ਵਧੀਆ ਕਿਸਮ ਦੀ ਬੀਅਰ ਵੀ, ਅੰਗੂਰਾਂ ਨੂੰ ਸਾੜ ਕੇ ਵੀ ਵਾਈਨ ਵੀ ਬਣੇਗੀ। ਮੁੱਖ ਮੰਤਰੀ ਜਿਹੜਾ ਬਚਪਨ ਵਿੱਚ ਇੰਗਲੈਂਡ ਰਹਿ ਕੇ ਪੜ੍ਹਾਈ ਕਰਦਾ ਰਿਹਾ ਸੀ ਅਤੇ ਇੱਕ ਰੇਸ ਖਾਨਦਾਨ ਵਿੱਚੋਂ ਸੀ, ਖੁਦ ਸਕੌਚ ਬਿਸਕੀਆਂ ਦਾ ਆਸ਼ਿਕ ਸੀ। ਯਾਨੀ ਵਾਕਰ ਬਿਸਕੀ ਦਾ ਨਾਂ ਸੁਣ ਕੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ, ਜਿਵੇਂ ਉਹਦੇ ਸਰੀਰ ਨੂੰ ਤੋੜ ਲੱਗ ਗਈ ਹੋਵੇ। ਉਹਦਾ ਦਿਲ ਕੀਤਾ ਕਿ ਹੁਣੇ ਜਾਨੀ ਵਾਕਰ ਮੰਗਵਾਈ ਜਾਵੇ, ਪਰ ਇਹ ਠੀਕ ਨਹੀਂ ਸੀ। ਉਹ ਅਜਿਹਾ ਨਹੀਂ ਕਰ ਸਕਦਾ ਸੀ, ਉਹ ਇੱਕ ਸਿਆਸੀ ਨੇਤਾ ਸੀ ਅਤੇ ਸੂਬੇ ਦਾ ਮੁੱਖ ਮੰਤਰੀ ਵੀ। ਮੁਲਕ ਰਾਜ ਦੀਆਂ ਗੱਲਾਂ ਮੁੱਕੀਆਂ ਨਹੀਂ ਸਨ। ਵਿੱਚ ਦੀ ਟੋਕ ਕੇ ਮੁੱਖ ਮੰਤਰੀ ਪੁੱਛਣ ਲੱਗਿਆ, ਸੇਠ ਜੀ ਸੇਵਾ ਦੱਸੋ, ਕੀ ਚਾਹੁੰਦੇ ਹੋ ਤੁਸੀਂ? ਮੁਲਕ ਰਾਜ ਝੱਟ ਬੋਲਿਆ, ਇਹ ਝੁੱਗੀਆਂ ਪਿੰਡ ਦੇ ਲੋਕ ਬੜੇ ਅੜੀਅਲ ਨੇ, ਸਾਨੂੰ ਚਾਹੀਦੀ ਹੈ ਜੀ ਜ਼ਮੀਨ। ਕਾਰੋਬਾਰ ਵਧੂਗਾ ਤਾਂ ਜ਼ਮੀਨ ਵੀ ਚਾਹੀਦੀ ਹੈ। ਇੱਧਰ ਜ਼ਮੀਨਾਂ ਦੇ ਭਾਅ 2-2.5 ਲੱਖ ਤੋਂ ਵੱਧ ਨਹੀਂ, ਪਰ ਮੈਂ 3 ਲੱਖ ਆਖ ਚੁੱਕਿਆ, ਇਹ ਨਹੀਂ ਮੰਨਦੇ। ਫੈਕਟਰੀ ਨੇ ਤਾਂ ਵਧਣਾ ਹੀ ਵਧਣਾ ਹੈ ਜੀ, ਨਵੇਂ ਯੂਨਿਟ ਅਸਮਾਨ ਉੱਤੇ ਤਾਂ ਲੱਗਣੋ ਰਹੇ, ਮੈਨੂੰ ਜ਼ਮੀਨ ਚਾਹੀਦੀ ਹੈ ਮੇਰੇ ਮਾਲਕ। ਇਹ ਗੱਲਾਂ ਉਹ ਫੈਕਟਰੀ ਦੇ ਇੱਕ ਬੰਦ ਕਮਰੇ ਵਿੱਚ ਕਰ ਰਹੇ ਸਨ। ਬਾਹਰ ਪੁਲਿਸ ਦਾ ਸਖ਼ਤ ਪਹਿਰਾ ਸੀ। ਕਿੱਥੋਂ ਤੱਕ ਚਾਹੀਦੀ ਹੈ ਜ਼ਮੀਨ? ਮੁੱਖ ਮੰਤਰੀ ਦਾ ਖੁੱਲ੍ਹਾ ਸਵਾਲ ਸੀ, ਜਿਵੇਂ ਜਿੱਥੋਂ ਤੱਕ ਸੇਠ ਉਂਗਲ ਕਰੇਗਾ ਜ਼ਮੀਨ ਉਹਨੂੰ ਮਿਲ ਜਾਵੇਗੀ। ਪਿੰਡ ਨਾਲ ਕੱਸੀ ਲੱਗਦੀ ਹੈ ਨਾ, ਕੱਸੀ ਤੋਂ ਉਰੇ ਉਰੇ ਇਹ ਸਾਰੀ ਜ਼ਮੀਨ ਚਾਹੀਦੀ ਹੈ ਮੈਨੂੰ, ਹੋਏਗੀ ਕੋਈ 150 ਕਿੱਲਾ। ਉੱਧਰ ਕੱਸੀ ਦੀ ਹੱਦ ਅਤੇ ਇੱਧਰ ਸੜਕ ਤੋਂ ਇੱਧਰ ਇੱਧਰ ਫੈਕਟਰੀਆਂ ਵਾਲੇ ਪਾਸੇ। ਕੀ ਕਹਿੰਦੇ ਨੇ ਜੱਟ? ਜੱਟ ਕਹਿੰਦੇ ਅਸੀਂ ਜ਼ਮੀਨ ਕਿਸੇ ਭਾਅ ਵੀ ਵੇਚਣੀ ਨਹੀਂ, ਚਾਹੇ 1,00,000 ਦਿਓ, ਜ਼ਮੀਨ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਓਏ ਨਹੀਂ ਸੇਠ, ਇਹ ਜੱਟਾਂ ਦੀ ਕੌਮ ਹੀ ਐਸੀ ਹੈ, ਪੁੱਠੀ ਮੱਤ ਹੁੰਦੀ ਹੈ ਇਹਨਾਂ ਦੀ। ਜ਼ਮੀਨਾਂ ਦੇ 2x ਪੈਸੇ ਮਿਲਣਗੇ ਤਾਂ ਇਹ ਜ਼ਮੀਨਾਂ ਹੋਰ ਕਿਧਰੇ ਲੈ ਸਕਣਗੇ, ਇਹਨਾਂ ਨੂੰ ਤਾਂ ਜ਼ਮੀਨ ਚਾਹੀਦੀ ਹੈ। ਤੂੰ ਰੋਕ ਲੈ ਜਿੰਨੀ ਰੋਕਣੀ ਹੈ, ਕਾਨੂੰਨ ਹੈਗਾ, ਜ਼ਮੀਨ ਮੈਂ ਅਕਵਾਇਰ ਕਰਾ ਦਿੰਦਾ ਵਾਂ। ਹਾਂਜੀ ਠੀਕ ਹੈ। ਮੁਲਕ ਰਾਜ ਨੇ ਮੁੱਖ ਮੰਤਰੀ ਦੇ ਗੋਡੀ ਹੱਥ ਲਾਏ, ਪਰ ਇੱਕ ਗੱਲ ਮੰਨਣੀ ਪਊ ਲਾਲਾ ਜੀ,
ਲੋਕਾਂ ਦਾ ਟਿਕਾਓ ਵੀ ਕਰਨਾ ਹੋਇਆ, ਤੁਸੀਂ ਮੁੱਲ ਵਧਾ ਦਿਓ, ਅਗਲੇ ਦਾ ਵੀ ਕੁਛ ਬਣੇ ਨਾ। ਮਨਜੂਰ ਜੀ, ਤੁਸੀਂ ਆਖ ਦਿੱਤਾ ਤਾਂ। ਮੁਲਖ ਰਾਜ ਨੇ ਫਿਰ ਮੁੱਖ ਮੰਤਰੀ ਦੇ ਗੋਡੇ ਨੂੰ ਹੱਥ ਲਾਇਆ, ਲਿਖ ਕੇ ਦਿਓ ਜਿੰਨੇ ਲੱਖ ਕਿੱਲੇ ਦਾ ਤੁਹਾਨੂੰ ਮਨਜ਼ੂਰ ਹੈ, ਇੱਕ ਮਹੀਨੇ ਦੇ ਅੰਦਰ ਅੰਦਰ ਨੋਟੀਫਿਕੇਸ਼ਨ ਹੋ ਜਾਵੇਗਾ। ਤਕੜਾ ਹੋ ਕੇ ਕੰਮ ਕਰ, ਤੇਰੀਆਂ ਨੀਤਾਂ ਨੂੰ ਸਾਰੀਆਂ ਬਰਕਤਾਂ ਨੇ, ਸਾਡੇ ਗਰੀਬਾਂ ਵੱਲ ਵੀ ਝਾਕਦਾ ਰਹੀਂ। ਮੁੱਖ ਮੰਤਰੀ ਦੇ ਬੁੱਲਾਂ ਉੱਤੇ ਗੁੱਝੀ ਮੁਸਕਾਨ ਸੀ। ਮੁੱਖ ਮੰਤਰੀ ਸਾਹਿਬ ਫੈਕਟਰੀ ਤੋਂ ਵਿਦਾ ਹੋਣ ਲੱਗੇ ਤਾਂ ਉਹਨਾਂ ਦੇ ਨਾਲ ਆਏ ਖਾਸ ਬੰਦੇ ਦੇ ਹੱਥ ਵਿੱਚ ਮੋਟੇ ਚਮੜੇ ਦਾ ਕਾਲਾ ਬੈਗ ਸੀ। ਲਾਲਾ ਜੀ ਨੇ ਉਸ ਬੈਗ ਵਿੱਚ ਪਤਾ ਨਹੀਂ ਕਿੰਨੇ ਲੱਖ ਪਾ ਕੇ ਦਿੱਤਾ। ਅਧਿਆਏ 6। ਜ਼ਰੂਰ ਪਹਾੜਾਂ 'ਤੇ ਕਿਧਰੇ ਬਰਫ਼ ਪਈ ਹੋਊਗੀ, ਹਵਾ ਠੰਡ ਨੂੰ ਇੱਧਰ ਮੈਦਾਨਾ ਕਣੀ ਚੱਕ ਲਿਆਈ। ਕੱਲ੍ਹ ਕਿੰਨੀ ਧੁੱਪ ਸੀ, ਹਵਾ ਨਹੀਂ ਸੀ, ਲੱਗਦਾ ਸੀ ਜਿਵੇਂ ਸਿਆਲ ਹੋਏ ਹੀ ਨਾ। ਉਹਨੇ ਆਪਣੀ ਗਰਮ ਜੈਕਟ ਦੀ ਜਿੱਪ ਗਰਦਨ ਤੱਕ ਚੜ੍ਹਾਈ ਅਤੇ ਫਿਰ ਦੋਹੇ ਬਾਹਾਂ ਦੀ ਜੱਫੀ ਆਪਣੀ ਹਿੱਕ ਨਾਲ ਘੁੱਟ ਲਈ। ਅੱਜ ਉਹ ਸਵੇਰੇ ਸਵੇਰੇ 5 ਵਜੇ ਸੰਦੇਹਾਂ ਉੱਠ ਕੇ ਖੇਤ ਆ ਗਿਆ ਸੀ ਅਤੇ ਮੋਟਰ ਛੱਡ ਲਈ ਸੀ। ਕਣਕਾਂ ਬਸ ਹੁਣ 1-2 ਪਾਣੀ ਹੀ ਭਾਲਦੀਆਂ ਸਨ। ਕੋਠੇ ਤੋਂ ਬਾਹਰ ਨਿੱਕੀ ਬੇਰੀ ਥੱਲੇ ਉਹਨੇ ਅੱਗ ਮਚਾ ਰੱਖੀ ਸੀ। ਨਵਾਂ ਕਿਆਰਾ ਛੱਡ ਕੇ ਆਉਂਦਾ ਅਤੇ ਫਿਰ ਬੇਰੀ ਥੱਲੇ ਆ ਕੇ ਅੱਗ ਸੇਕਣ ਲੱਗਦਾ। ਟਿੱਕੀ ਟਿੱਕੀ ਹਵਾ ਵਗਦੀ, ਕਣਕ ਦਾ ਬੂਝਾ ਮਸਾਂ ਹੀ ਕਦੇ ਕੋਈ ਹਿਲਦਾ ਲੱਗਦਾ। ਇਸ ਵਾਰ ਕਣਕਾਂ ਚੰਗੀਆਂ ਉੱਠੀਆਂ ਸਨ। ਉਹਨਾਂ ਦਾ ਹਰਾ ਕਾਲਾ ਰੰਗ ਅਤੇ ਭਰੀਆਂ ਗਰਦਾਂ ਦੀਆਂ ਬੱਲੀਆਂ ਅੱਖਾਂ ਨੂੰ ਚੰਗੀਆਂ ਲੱਗਦੀਆਂ। ਉਹਦੇ ਮਨ ਵਿੱਚ ਮੋਟਰ ਦੀ ਟਿਕਵੀ ਘੂੰ ਘੂੰ ਦੀ ਆਵਾਜ਼ ਕੋਈ ਮਧੁਰ ਸੰਗੀਤ ਛੇੜਦੀ। ਸ਼ਹਿਰ ਵੱਲ ਫੈਕਟਰੀ ਦੀਆਂ ਚਿਮਣੀਆਂ ਦਾ ਚਿੱਟਾ ਧੂੰਆਂ ਵੀ ਉਹਨੂੰ ਚੰਗਾ ਲੱਗ ਰਿਹਾ ਸੀ। ਕਦੇ ਕਦੇ ਕੋਈ ਛੜੱਪ ਕਰਦੀ ਆਵਾਜ਼ ਉਹਦੀ ਮੋਟਰ ਤੱਕ ਪਹੁੰਚਦੀ, ਜਿਵੇਂ ਕੋਈ ਭਾਰੀ ਚੀਜ਼ ਫਰਸ਼ ਉੱਤੇ ਡਿੱਗੀ ਹੋਵੇ। ਫੈਕਟਰੀ ਦੀਆਂ ਉੱਚੀਆਂ ਬਿਲਡਿੰਗਾਂ ਦਾ ਅਹਿਸਾਸ ਉਹਦੇ ਆਪਣੇ ਮੋਟਰ ਵਾਲੇ ਖੇਤ ਦੇ ਅਹਿਸਾਸ ਵਿੱਚ ਰਲਦਾ ਜਾਪਦਾ। ਮੁਲਕ ਰਾਜ ਦੇ ਆਪਣੀ ਫੈਕਟਰੀ ਦਾ ਮਾਲਕ ਹੈ ਤਾਂ ਮੱਖਣ ਸਿੰਘ ਵੀ ਮੋਟਰ ਵਾਲੇ ਖੇਤ ਦਾ ਮਾਲਕ ਹੈ। ਮੱਖਣ ਸੋਚਦਾ ਉਹ ਕਿਵੇਂ ਵੀ ਮੁਲਕ ਰਾਜ ਤੋਂ ਘੱਟ ਨਹੀਂ। ਆਪਦੀ ਖਾਂਦੇ ਹਾਂ, ਰੱਜ ਕੇ ਖਾਂਦੇ ਹਾਂ, ਆਪਾਂ ਕਿਸੇ ਸਾਲੇ ਤੋਂ ਕਿਵੇਂ ਘੱਟ ਹਾਂ। ਉਹਦੀ ਹਿੱਕ ਵਿੱਚ ਆਪਣੇ ਖੇਤ ਦਾ ਗਰੂਰ ਜਾਗਦਾ। ਸਰਜੀਤੋ ਅਤੇ ਹਰਚੰਦ ਹਾਲੇ ਜਾਗੇ ਨਹੀਂ ਸਨ, ਉਹ ਆਪ ਹੀ ਚਾਹ ਦੀ ਘੁੱਟ ਬਣਾ ਕੇ ਪੀ ਆਇਆ ਸੀ। ਕਿਹੜਾ ਚੁੱਲ੍ਹੇ ਵਿੱਚ ਅੱਗ ਬਾਲਣੀ ਸੀ, ਘਰ ਗੈਸ ਦਾ ਸਿਲੰਡਰ ਸੀ, ਨਾ ਦੀਆ ਸਲਾਈ ਦੀ ਲੋੜ ਸੀ। ਹੁਣ ਪਿਛਲੇ ਜ਼ਮਾਨੇ ਨਹੀਂ ਰਹਿ ਗਏ ਸਨ, ਪਿੰਡ ਬਹੁਤ ਬਦਲ ਗਿਆ ਸੀ। ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਝੁੱਗੀਆਂ ਪਿੰਡ ਵਿੱਚ ਵੀ ਸਨ। ਗੈਸੀ ਚੁੱਲ੍ਹੇ ਦਾ ਬਟਨ ਘੁਮਾਓ ਅਤੇ ਲਾਈਟਰ ਦਾ ਸਟਰੋਕ ਮਾਰ ਕੇ ਚਾਹ ਦਾ ਭਾਂਡਾ ਉੱਤੇ ਰੱਖ ਦਿਓ। ਹਾਰੇ ਜਿੰਨੀ ਅੱਗ ਸੀ ਗੈਸੀ ਚੁੱਲ੍ਹੇ ਦੀ, ਮਿੰਟਾਂ ਦੇ ਹਿਸਾਬ ਚਾਹ ਉੱਬਲ ਜਾਂਦੀ। ਸੁਰਜੀਤੋ ਅਤੇ ਹਰਚੰਦ ਨੂੰ ਬੇਆਰਾਮ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਉਹਨੇ ਬੈਠਕ ਵਿੱਚ ਬਹਿ ਕੇ ਘੁੱਟੀ ਘੁੱਟੀ ਚਾਹ ਪੀਤੀ ਅਤੇ ਜਾ ਛੱਡੀ ਮੋਟਰ। ਖੇਤ ਨੂੰ ਜਾਂਦਾ ਉਹ ਸੋਚਦਾ ਆਇਆ ਸੀ ਕਿ ਉਹਨਾਂ ਦਾ ਘਰ ਕਿੰਨੇ ਨਾਲੋਂ ਚੰਗਾ ਹੈ। ਉਹਨਾਂ ਦੇ ਘਰ ਵਿੱਚ ਸ਼ਹਿਰਾਂ ਵਾਲੀਆਂ ਸਾਰੀਆਂ ਚੀਜ਼ਾਂ ਹਨ, ਫਿਰ ਵੀ ਇਹ ਇੱਕ ਫੌਜੀ ਹੌਲਦਾਰ ਦਾ ਘਰ ਹੈ। ਉਹਨਾਂ ਦੇ ਘਰ ਵਿੱਚ ਫਰਿੱਜ, ਰੰਗੀਨ ਟੈਲੀਵਿਜ਼ਨ, ਰਸੋਈ ਦਾ ਸਾਰਾ ਸਮਾਨ ਸਟੀਲ ਦਾ ਹੈ ਜਾਂ ਕੱਚ ਦਾ ਅਤੇ ਪਲਾਸਟਿਕ ਦਾ, ਮਿਕਸੀ ਹੈ। ਹੋਰਾਂ ਘਰਾਂ ਵਾਂਗ ਸਰਜੀਤੋ ਨੂੰ ਕੁੰਡੇ ਘੋਟੇ ਨਾਲ ਮੱਥਾ ਨਹੀਂ ਮਾਰਨਾ ਪੈਂਦਾ। ਪਿੰਡ ਦੇ ਕਿੰਨੇ ਹੀ ਘਰਾਂ ਵਿੱਚ ਹਾਲ ਤੱਕ ਵੀ ਮਿੱਟੀ ਦਾ ਕੱਚਾ ਚੁੱਲ੍ਹਾ ਹੈ ਜਿਸ ਵਿੱਚ ਆਥਣ ਸਵੇਰੇ ਲੱਕੜਾਂ ਬਲਦੀਆਂ ਹਨ। ਧੂੰਏ ਨਾਲ ਤੀਵੀਂ ਦੀਆਂ ਅੱਖਾਂ ਭਰ ਜਾਂਦੀਆਂ ਹਨ। ਉਹਨਾਂ ਦਾ ਸਾਰਾ ਘਰ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਹੈ। ਉਹ ਸਾਲ ਵਿੱਚ 2 ਮਹੀਨਿਆਂ ਦੀ ਲੰਮੀ ਛੁੱਟੀ ਆਉਂਦਾ ਤਾਂ ਹਰ ਵਾਰ ਕੁਝ ਨਾ ਕੁਝ ਬਣਾ ਜਾਂਦਾ ਸੀ। ਹੁਣ ਸਾਰੇ ਮਕਾਨ ਦੇ ਫਰਸ਼ ਪੱਕੇ ਹਨ, ਮਗਰ 2 ਸਭਾਤਾਂ ਅੱਗੇ ਬਰਾਂਡਾ ਹੈ, ਚੌੜਾ ਬਰਾਂਡਾ ਜਿਸ ਦੇ ਇੱਕ ਪਾਸੇ ਰਸੋਈ ਹੈ ਅਤੇ ਇੱਕ ਪਾਸੇ ਵਾਧੂ ਚੀਜ਼ ਬਸਤ ਰੱਖਣ ਲਈ ਕਿਚਨ ਜਿੱਡਾ ਹੀ ਸਟੋਰ। ਗਲੀ ਦੇ ਰਾਹ ਉੱਤੇ ਬੈਠਕ ਹੈ ਅਤੇ ਬੈਠਕ ਨਾਲ ਲੱਗਦਾ ਗੁਸਲਖਾਨਾ। ਗੁਸਲਖਾਨੇ ਤੋਂ ਪਰਾਂ ਗੁਆਂਢੀਆਂ ਦੀ ਸਾਂਝੀ ਕੰਧ ਦੇ ਨਾਲ ਛੜੱਤਾ ਹੈ ਜਿਸ ਦੀ ਖੁਰਲੀ ਉੱਤੇ ਮੈਂਸ ਵੱਜਦੀ ਹੈ। ਇੱਥੇ ਹੀ ਚਾਰਾ ਕੁਤਰਨ ਵਾਲੀ ਮਸ਼ੀਨ ਹੈ, ਤੂੜੀ ਦਾ ਢੇਰ ਲੱਗਿਆ ਰਹਿੰਦਾ ਹੈ। ਉਹਨੇ ਬਲਦ ਨਹੀਂ ਰੱਖੇ, ਪਿੰਡ ਵਿੱਚ ਵਧੇਰੇ ਟਰੈਕਟਰ ਹਨ ਜੋ ਕਿਰਾਏ ਉੱਤੇ ਜ਼ਮੀਨ ਵਾਹ ਬੀਜ ਦਿੰਦੇ ਹਨ। ਬਸ ਇੱਕ ਮੱਝ ਦਾ ਗੋਹਾ ਕੂੜਾ ਹੈ, ਕੰਮ ਵਾਲੀ ਲਾ ਰੱਖੀ ਹੈ ਜੋ ਨਿੱਤ ਗੋਹਾ ਕੂੜਾ ਕਰ ਜਾਂਦੀ ਹੈ ਅਤੇ ਸਾਰਾ ਕਾਰੋਬਾਰ ਵੀ ਸੁੰਭਰ ਦਿੰਦੀ ਹੈ। ਸੁਰਜੀਤੋ ਪਹਿਲੇ ਦਿਨੋਂ ਕਮਜ਼ੋਰ ਜਿਹੀ ਹੈ, ਕੰਮ ਵਿੱਚ ਸੁਰਜੀਤੋ ਨਾਲ ਘਰ ਦੇ ਹੋਰ ਨਿੱਕੇ ਮੋਟੇ ਕੰਮ ਵੀ ਕਰਵਾ ਦਿੰਦੀ ਹੈ। ਸੁਰਜੀਤੋ ਦਾ ਖੁੱਲ੍ਹਾ ਹੱਥ ਹੈ, ਉਹ ਸੰਤੀ ਨੂੰ ਕਿੰਨਾ ਕੁਝ ਦਿੰਦੀ ਰਹਿੰਦੀ ਹੈ। ਹਾੜੀ ਸੋਹਣੀ ਉਹਨੂੰ ਰੀੜੀ ਦੇ ਦਾਣੇ ਦਿੰਦੀ ਹੈ, ਰੀੜਾ ਕੱਪੜਾ ਵੀ। ਹਰਚੰਦ ਨੂੰ ਉਹਨੇ ਬਹੁਤਾ ਨਹੀਂ ਪੜ੍ਹਾਇਆ ਸੀ, ਸਿਰਫ 10 ਜਮਾਤਾਂ ਕਰਾਈਆਂ। ਪਿੰਡ ਵਿੱਚ ਹਾਈ ਸਕੂਲ ਸੀ, ਹਰਚੰਦ ਨੇ ਪਿੰਡੋਂ ਹੀ ਮੈਟ੍ਰਿਕ ਕੀਤੀ ਅਤੇ ਬਸ। ਪਿੰਡ ਦੇ ਹੋਰ ਮੁੰਡੇ ਅਕਾਲਗੜ੍ਹ ਕਾਲਜ ਵਿੱਚ ਪੜ੍ਹਨ ਜਾ ਲੱਗੇ ਸਨ।
ਹਰਚੰਦ ਦੀ ਕਾਲਜ ਜਾਣ ਦੀ ਕੋਈ ਰੁਚੀ ਨਹੀਂ ਸੀ। ਮੱਖਣ ਜਦੋਂ ਪੈਨਸ਼ਨ ਆਇਆ ਹਰਚੰਦ ਅੱਠਵੀਂ ਵਿੱਚ ਪੜ੍ਹਦਾ ਸੀ। ਮੱਖਣ ਵੀ ਉਹਨੂੰ ਬਹੁਤਾ ਪੜ੍ਹਾ ਕੇ ਰਾਜ਼ੀ ਨਹੀਂ ਸੀ। ਉਹਨੇ ਪਿੰਡ ਆ ਕੇ ਸਭ ਕੁਝ ਸੁਣ ਰੱਖਿਆ ਸੀ। ਬੀਏ ਕਰਨ ਤੋਂ ਬਾਅਦ ਕਿਸੇ ਮੁੰਡੇ ਦੀ ਸਿਫਾਰਸ਼ ਲੱਗ ਜਾਂਦੀ ਤਾਂ ਨੌਕਰੀ ਮਿਲ ਜਾਂਦੀ, ਨਹੀਂ ਤਾਂ ਪਿੰਡ ਦੇ ਕਿੰਨੇ ਹੀ ਮੁੰਡੇ ਬੀਏ ਐੱਮਏ ਪਾਸ ਕਰਕੇ ਹਿੜਬ ਹਿੜਬ ਕਰਦੇ ਫਿਰਦੇ। ਨਾ ਉਹਨਾਂ ਨੂੰ ਕੋਈ ਨੌਕਰੀ ਮਿਲਦੀ ਅਤੇ ਨਾ ਉਹ ਖੇਤੀ ਦੇ ਕੰਮ ਵਿੱਚ ਪੈਂਦੇ। ਘਰਦਿਆਂ ਲਈ ਉਹ ਇੱਕ ਮੁਸੀਬਤ ਸਨ। ਵੱਡੇ ਘਰਾਂ ਦੇ ਅਜਿਹੇ ਵਿਗੜੇ ਹੋਏ ਮੁੰਡੇ ਤਾਂ ਥੱਲੇ ਹੀਰੋ ਹਾਂਡਾ ਮੋਟਰਸਾਈਕਲ ਰੱਖਦੇ, ਅਕਾਲਗੜ੍ਹ ਆਪਣੇ ਦੋਸਤਾਂ ਨਾਲ ਚੰਗਾ ਖਾ ਪੀ ਕੇ ਅੱਧੀ ਰਾਤ ਪਿੰਡ ਵੜਦੇ, ਵਧੀਆ ਕੱਪੜੇ ਪਹਿਨਦੇ ਅਤੇ ਘਰਦਿਆਂ ਨੂੰ ਵੱਡੂ ਖਾਊਂ ਵੀ ਕਰਦੇ। ਨੌਕਰੀ ਦੀ ਸਿਫਾਰਸ਼ ਨਹੀਂ ਸੀ, ਕਿਸੇ ਵੀ ਪੋਸਟ ਲਈ ਲੱਖਾਂ ਰੁਪਏ ਦਾ ਜੁਗਾੜ ਸੀ। ਇੱਕ ਤਰ੍ਹਾਂ ਨਾਲ ਨੌਕਰੀਆਂ ਮੁੱਲ ਵਿਕਦੀਆਂ ਪਰ ਪੋਸਟ ਦਾ ਭਾਅ ਸੀ। ਜਿਨ੍ਹਾਂ ਦੇ ਘਰ ਵਿੱਚ ਗਿੱਲ ਹੁੰਦੀ ਖੱਟ ਜਾਂਦੇ। ਮੱਖਣ ਸਿੰਘ ਨੇ ਸੋਚਿਆ ਸੀ ਕਿ ਉਹਦੇ ਕੋਲ ਇੰਨੀ ਰਿਕਾਰਡ ਕਿੱਥੇ, ਇੰਨੇ ਪੈਸਿਆਂ ਨਾਲ ਤਾਂ ਮੁੰਡਾ ਕੋਈ ਕਾਰੋਬਾਰ ਕਰ ਸਕਦਾ, ਮੁਰਗੀਖਾਨਾ ਖੋਲ੍ਹ ਲਵੇ, ਚਾਰ ਭਈਏ ਰੱਖੇ, ਆਂਡਿਆਂ ਦੀ ਕਿੰਨੀ ਖਪਤ ਹੈ। ਜਿਨ੍ਹਾਂ ਪਿੰਡਾਂ ਵਿੱਚ ਵੱਡੀ ਪੱਧਰ ਉੱਤੇ ਮੁਰਗੀਖਾਨੇ ਖੋਲ੍ਹੇ ਹੋਏ ਹਨ ਉੱਥੋਂ ਦੇ ਅੰਡੇ ਟਰੱਕ ਭਰ ਭਰ ਦਿੱਲੀ ਤੱਕ ਵਿਕਣ ਜਾਂਦੇ ਨੇ। ਅਤੇ ਫਿਰ ਛੋਟੇ ਮੋਟੇ ਮੁਰਗੀਖਾਨਿਆਂ ਲਈ ਤਾਂ ਅਕਾਲਗੜ੍ਹ ਹੀ ਮੁੱਕਦਾ ਨਹੀਂ, ਇੱਥੇ ਹੀ ਬਹੁਤ ਖਪਤ ਹੈ। ਤੁਸੀਂ ਸੁਣ ਰਹੇ ਸੀ ਰਾਮ ਸਰੂਪ ਅਣਖੀ ਦੁਆਰਾ ਲਿਖਿਆ ਹੋਇਆ ਨਾਵਲ ਕਣਕਾਂ ਦਾ ਕਤਲਾਮ ਦਾ ਭਾਗ ਤੀਜਾ। ਅੱਜ ਇੰਨਾ ਹੀ। ਧੰਨਵਾਦ ਜੀ।